ਆਪਣੇ ਗੁਰੂ ਗੁਰਦਾਸ ਮਾਨ ਦੇ ਲਿਖੇ ਹੋਏ ਕਲਮ ਦੇ ਵਿੱਚੋਂ ਆਪ ਜੀ ਦੇ ਰੂਬਰੂ ਕਰ ਲੂ ਹੋਏ ਇੱਕ ਦਿਨ ਇੱਕ ਫਕੀਰ ਸਾਈਂ ਦਾ ਗਲੀ ਚੋਂ ਲੰਘਿਆ ਜਾਵੇ ਉਹ ਕੋਠੇ ਉੱਤੇ ਇੱਕ ਹਸੀਨਾ ਜੁਲਫਾਂ ਪਈ ਸੁਕਾਵੇ ਦੇਖ ਵੇਖ ਕੇ ਸੂਰਤ ਉਹਦੀ ਬਾਬਾ ਗਿਰਦਾ ਪਾਵੇ ਉਹ ਕੁਦਰਤ ਨੇ ਕਿਆ ਚੀਜ਼ ਬਣਾਈ ਕਾਦਰ ਦੇ ਗੁਣ ਗਾਵੇ ਉਸ ਮਗਰੂਰ ਹਸੀਨਾ ਦੇ ਦਿਲ ਖਬਰੇ ਕੀ ਗਲੇ ਆਈ ਉਹ ਕਹਿੰਦੀ ਖੜਜਾ ਕੁੱਤਿਆ ਸਾਦਾ ਮੈਂ ਆਪਣਾ ਖਸਮ ਬੁਲਾ ਕੇ ਲਿਆ ਆਉਂਦੇ ਖਸਮ ਨੇ ਸਾਧ ਨੂੰ ਕੱਟ ਮਾਰੀਆਂ ਲੱਤਾਂ ਓਏ ਤੂੰ ਮੇਰੀ ਤੀਵੀਂ ਨੂੰ ਛੇੜੇ ਓਏ ਭੰਦੂ ਤੇਰੀਆਂ ਲੱਤਾਂ ਖਾ ਕੇ ਬਾਬਾ ਉੱਠਿਆ ਉਹ ਬਾਬਾ ਕਹਿੰਦਾ ਸੁੜਿਓ ਖਸਮਾਂ ਸਿਰ ਮੇਰੇ ਦਿਆ ਸਾਈਆਂ ਉਹ ਤਦ ਪਹੁੰਚੇਗਾ ਜਦ ਦੁਨੀਆ ਨੇ ਫੱਟੀਆਂ ਪੋਚ ਵਿਖਾਈਆਂ ਉਹ ਤੇਰੀ ਨਾਂ ਤੇ ਤੇਰੇ ਖਾਤਰ ਮਾਰ ਸੋਹਣਿਆ ਖਾਧੀ ਉਹ ਤੇਰੇ ਪਈਆਂ ਮੇਰੇ ਪਈਆਂ ਕਦ ਮੋੜੇਗਾ ਭਾਜੀ ਇੰਨੀ ਦੇਰ ਦੀ ਗੱਲ ਸੀ ਮੋਹਰ ਆਇਆ ਸੀ ਖੇਲ ਰਚਾਈ ਉਸ ਹਸੀਨਾ ਦੇ ਘਰਵਾਲਾ ਲੱਗਾ ਦੇਣ ਦੁਹਾਈ ਹਾਏ ਉਹ ਮੇਰੀਆਂ ਅੱਖਾਂ ਮੈਨੂੰ ਕੁਝ ਵੀ ਨਜ਼ਰ ਨਾ ਆਵੇ ਇੰਨੇ ਦੇ ਵਿੱਚ ਤੀਵੀਂ ਉਹਦੀ ਰੋਵੇ ਤੇ ਕਰਲਾਵੇ ਉਹ ਪੈਰ ਪਕੜ ਕੇ ਬਾਬੇ ਦੇ ਉਹਨੇ ਰੋ ਕੇ ਭੁੱਲ ਬਖਸ਼ਾਈ ਹੱਥ ਜੋੜ ਕੇ ਤੋਬਾ ਕੀਤੀ ਹੋਸ਼ ਟਿਕਾਣੀ ਉਹ ਬਾਬਾ ਕਹਿੰਦਾ ਸੁਣ ਮਟਿਆਰੇ ਨੀ ਆਪਣਾ ਕੀਤਾ ਭਰੀਏ ਨੀ ਫਕਰਾਂ ਦੇ ਗਲ ਪੈਣ ਤੋਂ ਪਹਿਲਾਂ ਮੌਲਾ ਕੋਲੋਂ ਡਰੀਏ ਨੀ ਤੇਰੇ ਖਸਮ ਨੇ ਜੋ ਕੀਤਾ ਸੀ ਆਪਣਾ ਕੀਤਾ ਭਰਿਆ ਨੀ ਮੇਰੇ ਖਸਮ ਨੇ ਇੱਕ ਪਲ ਦੇ ਵਿੱਚ ਸਾਬ ਬਰਾਬਰ ਕਰਿਆ ਨੀ ਤੇਰੇ ਖਸਮ ਤੋਂ ਲੱਤਾਂ ਸਰੀਆਂ ਨੀ ਮੇਰੇ ਖਸਮ ਤੋਂ ਅੱਖਾਂ ਨੀ ਅੱਖ ਤੇਰੇ ਵੱਲ ਰੱਖਾਂ ਜਾਂ ਮੈਂ ਯਾਰ ਵੱਲ ਤੱਕਾਂ ਨੀ ਸੋਹਣਿਆਂ ਨੂੰ ਵੇਖ ਕੇ ਤੇ ਹਰ ਕੋਈ ਖਲ ਹੋਵੇਗਾ ਸੋਹਣਿਆਂ ਨੂੰ ਵੇਖ ਕੇ ਤੇ ਹਰ ਕੋਈ ਖਲ ਹੋਵੇਗਾ ਉਹ ਸੋਹਣੇ ਜੋ ਪੰਕੀ ਕਰਨਾ ਪੈਂਦਾ ਬਣ ਜਾਣੀ ਇੱਕ ਨੂੰ ਗੱਲ ਨਾਲ ਲਾ ਕੇ ਉੱਡੀ ਤੂੰ ਨਸਲ ਵਿੱਚ